ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਸਵਾਗਤ ਆ ਤੁਹਾਡਾ ਇੱਕ ਵਾਰ ਫਿਰ। ਅੱਜ ਆਪਾਂ ਬੇਟਾ ਤੁਹਾਡੇ ਲਈ ਕਰਾਂਗੇ NTSC ਟੈਸਟ ਸੀਰੀਜ਼, ਜੋ 1 ਤਰੀਕ ਨੂੰ ਤੁਹਾਡੇ ਲਈ ਹੋਈ ਸੀ। ਜਿਹੜੇ ਬੱਚੇ NTSC ਦਾ ਇਗਜ਼ਾਮ ਜਿਨ੍ਹਾਂ ਬੱਚਿਆਂ ਨੇ ਦੇਣਾ ਉਹਨਾਂ ਲਈ ਹੋਈ ਸੀ। ਅਤੇ ਮੈਨੂੰ ਉਮੀਦ ਆ ਬੇਟਾ, ਇਹ ਤੁਹਾਡੀ ਜਿਹੜਾ ਟੈਸਟ ਹੋਇਆ ਸੀਗਾ, ਤੁਹਾਡੇ ਲਈ ਟੈਸਟ ਸੀਰੀਜ਼ ਹੋਈ ਸੀ, ਉਹ ਬਹੁਤ ਵਧੀਆ ਹੋਏ ਹੋਏਗੀ। ਠੀਕ ਹੈ, ਅਤੇ ਤੁਹਾਡੇ ਆਨਸਰ ਆ ਜਿਹੜੇ ਉਹ ਸਹੀ ਹੋਣਗੇ, ਕਿਉਂਕਿ ਤੁਸੀਂ ਤਿਆਰੀ ਵੀ ਇਸ ਲਈ ਕੀਤੀ ਹੋਏਗੀ। ਅੱਜ ਆਪਾਂ ਉਸ ਦਾ ਮੈਟ ਅਤੇ ਸੈਟ ਪਾਰਟ ਆ ਜਿਹੜੇ ਦੋਨਾਂ ਦੇ ਹੱਲ ਦੇਖਾਂਗੇ, ਵੀ ਕੀ ਸਹੀ ਉੱਤਰ ਆ ਜਿਹੜੇ ਆਉਣੇ ਸੀ, ਜਾਂ ਕਿਵੇਂ ਆਪਾਂ ਕੱਢ ਸਕਦੇ ਸੀ, ਹੈ ਨਾ। ਚਲੋ ਆਪਾਂ ਸਟਾਰਟ ਕਰਦੇ ਹਾਂ ਬੇਟਾ। ਫਸਟ ਆਫ ਆਲ ਆਪਾਂ ਮੈਟ ਹੱਲ ਕਰਾਂਗੇ, ਮੈਂਟਲ ਅਬਿਲਟੀ ਟੈਸਟ। ਫਾਇੰਡ ਦਾ ਵੈਲਿਊ ਆਫ ਕੁਐਸਚਨ ਮਾਰਕ ਦਾ ਆਪਾਂ ਮੁੱਲ ਦੱਸਣਾ ਸੀ, ਕਿੰਨਾ ਹੋਏਗਾ। ਠੀਕ ਹੈ ਬੇਟਾ, ਚਲੋ ਤਾਂ ਆਪਾਂ ਜਿਹਨੂੰ ਇਸ ਹਿਸਾਬ ਨਾਲ ਦੇਖੀਏ, ਕਿਉਂਕਿ ਇੱਧਰ ਨੂੰ ਜਦੋਂ ਆਪਾਂ ਜਾ ਰਹੇ ਹਾਂ ਤਾਂ ਇਹ ਵੱਧਦਾ ਜਾਂਦਾ। ਚਲੋ ਆਪਾਂ ਦੇਖਦੇ ਹਾਂ ਬੇਟਾ, 4 ਤੋਂ ਬਣ ਗਿਆ 9, 4 ਦੂਣੀ 8 ਅਤੇ 1 9, ਮਤਲਬ ਇਹਨੂੰ 2 ਨਾਲ ਗੁਣਾ ਕਰਕੇ ਵਿੱਚ 1 ਜੋੜਤਾ। ਠੀਕ ਹੈ, 4 ਦੂਣੀ 8 ਅਤੇ 1 9, 9 ਤੋਂ ਬਣਿਆ 20, 9 ਦੂਣੀ 18 ਦੇ ਵਿੱਚ 2 ਜੋੜਤੇ, ਕੀ ਬਣ ਜੂਗਾ 20, ਅੱਗੇ 20 ਤੋਂ ਬਣ ਗਿਆ 43, 20 ਦੂਣੀ 40, 40 ਦੇ ਵਿੱਚ 3 ਜੋੜਤੇ, ਕਿੰਨਾ ਬਣ ਗਿਆ 43, ਅੱਗੇ 43 ਤੋਂ ਬਣ ਗਿਆ 90, ਕਿਵੇਂ ਬਣਿਆ ਵੀ 43 ਦੂਣੀ 86, 86 ਦੇ ਵਿੱਚ 4 ਜੋੜਤੇ, 90 ਬਣ ਜਾਏਗਾ। ਹੁਣ 90 ਤੋਂ ਆਪਾਂ ਦੱਸਣਾ ਕੀ ਬਣਿਆ। ਠੀਕ ਹੈ, ਇਹ ਪੁਆਇੰਟ ਆਊਟ ਆਪਾਂ ਕਰਨਾ ਵੀ 90 ਤੋਂ ਅੱਗੇ ਕੀ ਬਣੇਗਾ। ਪਹਿਲਾਂ ਕੀ ਕੀਤਾ ਵੀ 2 ਨਾਲ ਗੁਣਾ ਕਰਕੇ 1 ਜੋੜਤਾ, 2 ਨਾਲ ਗੁਣਾ ਕਰਕੇ 2 ਜੋੜਤਾ, 2 ਨਾਲ ਗੁਣਾ ਕਰਕੇ 3 ਜੋੜਤਾ, 2 ਨਾਲ ਗੁਣਾ ਕਰਕੇ 4 ਜੋੜਤਾ। ਹੁਣ ਆਪਾਂ ਕੀ ਕਰਾਂਗੇ ਬੇਟਾ, 2 ਨਾਲ ਗੁਣਾ ਕਰਕੇ ਆਪਾਂ ਕਿੰਨਾ ਜੋੜ ਦਾਂਗੇ, 5 ਜੋੜ ਦਾਂਗੇ। ਤਾਂ 90 ਨੂੰ 2 ਨਾਲ ਗੁਣਾ ਕਰਕੇ ਵਿੱਚ ਆਪਾਂ 5 ਜੋੜਨਾ, 90 ਨੂੰ 2 ਨਾਲ ਗੁਣਾ ਕਰਕੇ ਬਣ ਜਾਏਗਾ 180, 180 ਦੇ ਵਿੱਚ ਆਪਾਂ 5 ਜੋੜ ਦਾਂਗੇ, ਆਪਣੇ ਕੋਲ ਕਿੰਨਾ ਬਣ ਜੂਗਾ ਇੱਥੇ ਬੇਟਾ 185। ਠੀਕ ਹੈ, ਤਾਂ ਇੱਥੇ ਕੁਐਸਚਨ ਮਾਰਕ ਦੀ ਜਗ੍ਹਾ 'ਤੇ 185 ਆਉਣਾ ਸੀ। ਠੀਕ ਹੈ, ਤਾਂ ਇਹਦੇ ਲਈ ਸਹੀ ਆਪਸ਼ਨ ਕੀ ਹੋਊਗੀ, 185 ਲਾਸਟ ਵਾਲੀ। ਠੀਕ ਹੈ, ਅੱਗੇ ਫਿਰ ਆਪਾਂ ਕੁਐਸਚਨ ਮਾਰਕ ਦਾ ਮੁੱਲ ਦੱਸਣਾ ਸੀ ਵੀ ਕਿੰਨਾ ਆਏਗਾ। ਇਸ ਕੇਸ ਦੇ ਵਿੱਚ ਵੀ ਸੌਖਾ ਹੀ ਹੈ, ਇਹਨਾਂ ਦੋਵਾਂ ਦਾ ਜੋੜ ਕਰ ਲਓ, ਕਿੰਨਾ ਬਣ ਜੂ ਵੀ 15 ਅਤੇ 20 ਦਾ ਜੋੜ 35 ਬਣ ਜੂਗਾ। ਇਹਦੇ ਵਿੱਚੋਂ ਜਿਹੜਾ ਨੀਚੇ ਵਾਲੀ ਟਰਮ ਹੈ, ਇੱਥੇ 5 ਲਿਖਿਆ, 5 ਘਟਾ ਦਾਂਗੇ, ਕਿੰਨਾ ਬਣ ਜੂ ਜਿਹੜਾ ਵਿਚਕਾਰ ਲਿਖਿਆ ਹੋਇਆ ਇਹਦੇ ਵਿੱਚ ਤ੍ਰਿਭੁਜ ਦੇ ਵਿੱਚ 30, ਇਹਨਾਂ ਦੋਵਾਂ ਦਾ ਜੋੜ ਕਰ ਲਓ, ਕਿੰਨਾ ਬਣ ਜੂਗੀ 18, ਜਿਹੜਾ ਨੀਚੇ ਲਿਖਿਆ 6 ਉਹ ਵਿੱਚੋਂ ਆਪਾਂ ਘਟਾ ਦਾਂਗੇ, ਆਪਣੇ ਕੋਲ ਵਿਚਕਾਰ ਵਾਲਾ ਅੱਖਰ ਜਿਹੜਾ 12 ਲਿਖਿਆ ਉਹ ਬਣ ਜਾਏਗਾ। ਠੀਕ ਹੈ, ਨੈਕਸਟ ਕੇਸ ਦੇ ਵਿੱਚ ਵੀ ਆਪਾਂ ਇਹੀ ਕਰਾਂਗੇ, ਇੱਥੇ ਜਿਹੜਾ ਆਪਾਂ ਜੋੜਨਾ ਹੈ ਉਹਨਾਂ ਦੋਵਾਂ ਦਾ ਜੋੜ ਕਰਕੇ 10 ਵਿੱਚੋਂ ਆਪਾਂ ਘਟਾਉਣਾ। ਤਾਂ ਕੀ ਕਰਾਂਗੇ ਵੀ ਆਪਣੇ ਕੋਲ 2 ਹੋਣਾ ਚਾਹੀਦਾ, ਤਾਂ ਕੀ ਕਰਾਂਗੇ ਆਪਾਂ 4 ਜੋੜ ਦਾਂਗੇ ਨਾ। ਦੇਖੋ 4 ਜੋੜ ਦੀਏ, ਜੇ ਆਪਾਂ ਇੱਥੇ 4 ਲਿਖ ਲਈਏ ਤਾਂ 4 ਅਤੇ 8 ਕਿੰਨੇ ਹੋ ਜਾਣਗੇ 12, 12 ਦੇ ਵਿੱਚੋਂ 10 ਘਟਾ ਦਾਂਗੇ 2 ਆਜੂਗਾ। ਠੀਕ ਹੈ, ਤਾਂ ਆਪਣੀ ਸਹੀ ਆਪਸ਼ਨ ਕੀ ਆਉਣੀ ਸੀ ਇਹਦੇ ਲਈ, ਪਹਿਲੀ ਆਪਸ਼ਨ 4। ਠੀਕ ਹੈ, ਅੱਗੇ ਨੈਕਸਟ ਦਾ ਟੋਟਲ ਏਜਸ ਆਫ ਟੋਟਲ ਆਫ ਦਾ ਏਜਸ ਆਫ ਏ ਬੀ ਐਂਡ ਸੀ ਇਜ਼ 80 ਈਅਰ, ਬਟ ਵਾਈ ਦਾ ਟੋਟਲ ਆਫ ਦੀਅਰ ਏਜਸ 3 ਈਅਰ ਐਗੋਸ, ਏ ਬੀ ਅਤੇ ਸੀ ਉਮਰਾਂ ਦਾ ਜੋੜ ਆ ਜਿਹੜਾ ਉਹਨਾਂ ਦੀਆਂ 80 ਸਾਲ ਹੈ, 3 ਸਾਲ ਪਹਿਲਾਂ ਉਹਨਾਂ ਦੀ ਉਮਰਾਂ ਦਾ ਜੋੜ ਕਿੰਨਾ ਸੀ। ਹੁਣ ਏ ਅਤੇ ਬੀ ਦੀਆਂ ਹੁਣ ਉਮਰਾਂ ਦਾ ਸਾਲ ਬੇਟਾ 3 ਜਣੇ ਨੇ 80 ਸਾਲ ਹੈ, ਤਾਂ 3 ਸਾਲ ਪਹਿਲਾਂ ਹਰੇਕ ਦੀ ਉਮਰ ਆ ਜਿਹੜੀ ਉਹ 3 ਸਾਲ ਘੱਟ ਹੋਏਗੀ। ਠੀਕ ਹੈ, ਤਾਂ ਆਪਾਂ ਕਿੰਨਾ ਘਟਾਵਾਂਗੇ ਇਹਦੇ ਵਿੱਚੋਂ, 80 ਦੇ ਵਿੱਚੋਂ ਹਰੇਕ ਦੀ 3 ਨੇ, 3 ਘੱਟ ਜਾਏਗੀ, ਮਤਲਬ 9 ਸਾਲ ਪਹਿਲਾਂ 80 ਦੇ ਵਿੱਚੋਂ ਘਟਣਗੇ। ਉਹਨਾਂ ਦੀ ਉਮਰਾਂ ਦਾ ਜੋੜ ਕਿੰਨਾ ਹੋਏਗਾ, 80 ਦੇ ਵਿੱਚੋਂ ਆਪਾਂ 9 ਘਟਾ ਦਾਂਗੇ, ਕਿੰਨਾ ਹੋ ਜਾਏਗਾ ਬੇਟਾ 71 ਸਾਲ ਹੋਏਗੀ। ਠੀਕ ਹੈ, ਸੀ ਆਪਸ਼ਨ। ਨੈਕਸਟ, ਜੇਕਰ ਪਲੱਸ ਦਾ ਮਤਲਬ ਮਾਈਨਸ ਹੈ, ਗੁਣਾ ਦਾ ਮਤਲਬ ਭਾਗ ਹੈ, ਮਾਈਨਸ ਦਾ ਮਤਲਬ ਪਲੱਸ ਹੈ, ਭਾਗ ਦਾ ਮਤਲਬ ਗੁਣਾ ਹੈ, ਤਾਂ ਇਹਦਾ ਮੁੱਲ ਆਪਾਂ ਦੱਸਣਾ ਕੀ ਲਿਖਿਆ। ਪਹਿਲਾਂ ਆਪਾਂ ਲਿਖ ਲੈਂਦੇ ਇਹਨੂੰ, ਫਿਰ ਆਪਾਂ ਨਿਸ਼ਾਨੀਆਂ ਚੇਂਜ ਕਰ ਦਾਂਗੇ। 67 ਪਲੱਸ 45 ਮਾਈਨਸ 4 ਪਲੱਸ 7, ਪਲੱਸ ਨੂੰ ਆਪਾਂ ਮਾਈਨਸ ਕਰ ਦਾਂਗੇ, ਮਾਈਨਸ ਨੂੰ ਆਪਾਂ ਪਲੱਸ ਲਿਖ ਦਾਂਗੇ। ਤਾਂ ਆਪਾਂ ਲਿਖ ਲੈਂ ਇੱਥੇ ਬੇਟਾ, ਦੇਖੋ 67 ਪਲੱਸ ਆ ਗਿਆ, ਮਾਈਨਸ ਕਰ ਦਿੰਦੇ ਹਾਂ ਇਹਨੂੰ, ਅੱਗੇ ਮਾਈਨਸ ਆ ਗਈ ਉਹਨੂੰ ਆਪਾਂ ਪਲੱਸ ਕਰ ਦਾਂਗੇ, ਅੱਗੇ ਪਲੱਸ ਆ ਗਿਆ ਉਹਨੂੰ ਆਪਾਂ ਮਾਈਨਸ ਲਿਖ ਦਾਂਗੇ। ਪਲੱਸ ਵਾਲੇ ਅੱਡ ਜੋੜ ਲਓ, ਮਾਈਨਸ ਵਾਲੇ ਅੱਡ ਜੋੜ ਲਾਂਗੇ, 67 ਅਤੇ 4 ਕਿੰਨਾ ਹੋ ਜਾਏਗਾ 71, 45 ਅਤੇ 7 ਕਿੰਨੇ ਹੋ ਜਾਣਗੇ ਵੀ 52, 71 ਦੇ ਵਿੱਚੋਂ 52 ਜੇ ਆਪਾਂ ਮਾਈਨਸ ਕਰ ਦਈਏ ਤਾਂ ਆਪਣੇ ਕੋਲ ਕਿੰਨਾ ਉੱਤਰ ਆ ਜਾਏਗਾ 19। ਠੀਕ ਹੈ, ਪਲੱਸ ਨੂੰ ਆਪਾਂ ਮਾਈਨਸ ਕਰਨਾ ਸੀ, ਮਾਈਨਸ ਨੂੰ ਆਪਾਂ ਪਲੱਸ, ਇਸ ਤੋਂ ਬਾਅਦ ਆਪਣਾ ਉੱਤਰ ਕਿੰਨਾ ਆ ਜਾਏਗਾ 19, ਸੈਕਿੰਡ ਆਪਸ਼ਨ। ਅੱਗੇ ਜੇਕਰ 0 ਨੂੰ 1 ਨਾਲ ਬਦਲਤਾ ਜਾਵੇ, 1 ਨੂੰ 2 ਨਾਲ, 2 ਨੂੰ 3 ਨਾਲ, 3 ਨੂੰ 4 ਨਾਲ, 4 ਨੂੰ 5 ਨਾਲ, 5 ਨੂੰ 6 ਨਾਲ, 6 ਨੂੰ 7 ਨਾਲ, 7 ਨੂੰ 8 ਨਾਲ, 8 ਨੂੰ 9 ਨਾਲ, 9 ਨੂੰ 0 ਨਾਲ ਬਦਲਤਾ ਜਾਵੇ ਤਾਂ ਇਹਦਾ ਮੁੱਲ ਪਤਾ ਕਰੋ। ਚਲੋ ਆਪਾਂ ਬਦਲ ਦਿੰਦੇ ਹਾਂ, ਪਹਿਲਾਂ ਲਿਖ ਲਓ ਵੀ 78 ਮਾਈਨਸ 12 ਮਾਈਨਸ 13 ਮਾਈਨਸ
14 7 ਨੂੰ ਆਪਾਂ 8 ਲਿਖਣਾ 8 ਲਿਖ ਦਿਓ 8 ਨੂੰ ਆਪਾਂ 9 ਲਿਖਣਾ 1 ਨੂੰ ਆਪਾਂ 2 ਲਿਖਣਾ 2 ਨੂੰ ਆਪਾਂ 3 ਲਿਖਣਾ 1 ਨੂੰ ਆਪਾਂ 2 ਲਿਖਣਾ 3 ਨੂੰ ਆਪਾਂ 4 ਲਿਖਣਾ 1 ਨੂੰ 2 ਲਿਖਣਾ 4 ਨੂੰ ਆਪਾਂ 5 ਲਿਖਣਾ ਚਲੋ ਮਾਈਨਸ ਵਾਲੇ ਜੋੜ ਲੈਣੇ ਆ 23 24 ਤੇ 25 ਦਾ ਆਪਾਂ ਕੀ ਕਰਨਾ ਵੀ ਜੋੜ ਕਿੰਨਾ ਹੋ ਜਾਏਗਾ ਬੇਟਾ 20 23 ਤੇ 24 ਆਪਣੇ ਕੋਲ ਹੋ ਜਾਣਗੇ 47 47 ਤੇ 25 ਕਿੰਨੇ ਹੋ ਜਾਣਗੇ ਵੀ 72 ਠੀਕ ਹੈ ਅੱਗੇ ਆਪਾਂ ਇਹਨਾਂ ਦੀ ਮਾਈਨਸ ਕਰ ਦਾਂਗੇ ਤਾਂ ਆਪਣੇ ਕੋਲ ਕਿੰਨਾ ਉੱਤਰ ਆ ਜਾਏਗਾ 17 ਠੀਕ ਹੈ ਤਾਂ 17 ਇਹਦੇ ਲਈ ਕਿਹੜੀ ਆਪਸ਼ਨ ਆ ਜਾਏਗੀ ਸਹੀ ਅੰਗਰੇਜ਼ੀ ਵਰਨਮਾਲਾ ਦੇ ਸੱਜੇ ਪਾਸੋਂ 19ਵੇਂ ਅੱਖਰ ਦੇ ਸੱਜੇ ਪਾਸੇ ਛੇਵਾਂ ਅੱਖਰ ਕਿਹੜਾ ਹੋਏਗਾ ਅੰਗਰੇਜ਼ੀ ਵਰਨਮਾਲਾ ਦੇ ਸੱਜੇ ਪਾਸੋਂ ਜਿਹੜਾ ਏ ਵਾਲਾ ਪਾਸਾ ਬੇਟਾ ਉਹ ਖੱਬਾ ਪਾਸਾ ਹੁੰਦਾ ਇੰਗਲਿਸ਼ ਅਲਫਾਬੈਟ ਦਾ ਠੀਕ ਹੈ ਜਦੋਂ ਆਪਾਂ ਇੱਕ ਲਾਈਨ ਦੇ ਵਿੱਚ ਲਿਖਾਂਗੇ ਏ ਵਾਲਾ ਪਾਸਾ ਜਿੱਥੋਂ ਏ ਤੋਂ ਸ਼ੁਰੂ ਵਾਲਾ ਪਾਸਾ ਉਹ ਖੱਬਾ ਹੈ ਜਿਹੜਾ ਜੈੱਡ ਵਾਲੇ ਪਾਸੋਂ ਤੋਂ ਆਪਾਂ ਸ਼ੁਰੂ ਕਰੀਏ ਉਹ ਸੱਜਾ ਮਤਲਬ ਆਪਾਂ ਜੈੱਡ ਵਾਲੇ ਪਾਸੋਂ 19ਵਾਂ ਅੱਖਰ ਦੇਖਣਾ ਕਿਹੜਾ ਜਦੋਂ ਤੁਸੀਂ ਜੈੱਡ ਵਾਲੇ ਪਾਸੋਂ 19ਵਾਂ ਅੱਖਰ ਦੇਖੋਗੇ ਉਹ ਆ ਜਾਏਗਾ ਤੁਹਾਡੇ ਕੋਲ ਐਚ ਠੀਕ ਹੈ ਜੈੱਡ ਵਾਲੇ ਪਾਸੋਂ 19ਵਾਂ ਅੱਖਰ ਕੀ ਆ ਜਾਏਗਾ ਐਚ ਹੁਣ ਇਹਦੇ ਆਪਾਂ ਸੱਜੇ ਪਾਸੇ ਛੇਵਾਂ ਦੇਖਣਾ ਸੱਜੇ ਪਾਸੇ ਮਤਲਬ ਇਹਦੇ ਅਗਲੇ ਪਾਸੇ ਠੀਕ ਹੈ ਛੇਵਾਂ ਆਈ ਜੇ ਕੇ ਐਲ ਐਮ ਐਨ ਛੇਵਾਂ ਕਿਹੜਾ ਹੋਊ ਇਹੀ ਹੋਊ ਨਾ ਬੇਟਾ ਪੰਜ ਤਾਂ ਇਹ ਹੋ ਗਏ ਤਾਂ ਛੇਵਾਂ ਕਿਹੜਾ ਅੱਖਰ ਹੈ ਇਹਦੇ ਕਿਹੜਾ ਹੋਊਗਾ ਐਨ ਠੀਕ ਹੈ ਇਹਦੇ ਸੱਜੇ ਪਾਸੇ ਛੇਵਾਂ ਕਿਹੜਾ ਹੋਏਗਾ ਐਨ ਹੋਏਗਾ ਦੂਜੀ ਆਪਸ਼ਨ ਸਹੀ ਬਣ ਜੂਗੀ ਨੈਕਸਟ ਜੇਕਰ ਪਲੇਅਰ ਦੇ ਪਹਿਲੇ ਤੀਸਰੇ ਦੂਸਰੇ ਚੌਥੇ ਪੰਜਵੇਂ ਸੱਤਵੇਂ ਛੇਵੇਂ ਅਤੇ ਅੱਠਵੇਂ ਦੇ ਅੱਖਰਾਂ ਦੇ ਸਥਾਨ ਆਪਸ ਵਿੱਚ ਬਦਲਦੇ ਜਾਣ ਤਾਂ ਨਵੇਂ ਬਣੇ ਸ਼ਬਦ ਵਿੱਚ ਸੱਜੇ ਪਾਸੇ ਦੂਸਰਾ ਅੱਖਰ ਕਿਹੜਾ ਹੋਏਗਾ ਪਹਿਲਾਂ ਆਪਾਂ ਇਹਨੂੰ ਲਿਖ ਲੈਂਦੇ ਹਾਂ ਵੀ ਪੀ ਐੱਲ ਈ ਏ ਐੱਸ ਯੂ ਆਰ ਈ ਠੀਕ ਹੈ ਚਲੋ ਆਪਾਂ ਅੰਕਾਂ ਦੇ ਸਥਾਨ ਆ ਜਿਹੜੇ ਉਹਦੇ ਬਦਲਾਂਗੇ ਇਹਨਾਂ ਦੋਵਾਂ ਦਾ ਸਥਾਨ ਆਪਾਂ ਬਦਲਣਾ ਮਤਲਬ ਇੱਥੇ ਆਜੂਗਾ ਈ ਇੱਥੇ ਆਜੂਗਾ ਪੀ ਇਹਨਾਂ ਦੋਵਾਂ ਦਾ ਬਦਲਣਾ ਏ ਆ ਜਾਏਗਾ ਇੱਥੇ ਐੱਲ ਆ ਜਾਏਗਾ ਇੱਥੇ ਅੱਗੇ ਫਿਰ ਵੀ ਇਹਨਾਂ ਦੇ ਵਿੱਚ ਵੀ ਇਹੀ ਕਰਨਾ ਐੱਸ ਅਤੇ ਆਰ ਦਾ ਬਦਲਣਾ ਮਤਲਬ ਇੱਥੇ ਕੀ ਆਜੂ ਆਰ ਇੱਥੇ ਕੀ ਆਜੂਗਾ ਐੱਸ ਯੂ ਅਤੇ ਈ ਦਾ ਵੀ ਬਦਲਣਾ ਮਤਲਬ ਇੱਥੇ ਈ ਆਜੂ ਇੱਥੇ ਕੀ ਆਜੂ ਯੂ ਇਹ ਬਦਲੇਗੇ ਸਥਾਨ ਠੀਕ ਹੈ ਹੁਣ ਜਿਹੜਾ ਨਵਾਂ ਬਣੇਗਾ ਸ਼ਬਦ ਕਹਿੰਦਾ ਇਹਦੇ ਵਿੱਚ ਸੱਜੇ ਪਾਸਿਓਂ ਦੂਸਰਾ ਕਿਹੜਾ ਹੋਏਗਾ ਹੁਣ ਆਹ ਪਾਸਾ ਇਹਦਾ ਖੱਬਾ ਪਾਸਾ ਹੈ ਇਹ ਪਾਸਾ ਸੱਜਾ ਖੱਬੇ ਪਾਸੋਂ ਸੱਜੇ ਪਾਸੋਂ ਸੋਰੀ ਆਹ ਤਾਂ ਖੱਬਾ ਪਾਸਾ ਹੈ ਇਹ ਸੱਜਾ ਹੈ ਤਾਂ ਸੱਜੇ ਪਾਸੋਂ ਦੂਸਰਾ ਕਿਹੜਾ ਵੀ ਐੱਸ ਹੈ ਠੀਕ ਹੈ ਸੱਜੇ ਪਾਸਿਓਂ ਦੂਸਰਾ ਅੱਖਰ ਕਿਹੜਾ ਬੇਟਾ ਐੱਸ ਹੈ ਠੀਕ ਹੈ ਤਾਂ ਐੱਸ ਹੈ ਜਿਹੜੀ ਇਹਦੇ ਲਈ ਸਹੀ ਆਪਸ਼ਨ ਆਊਗੀ ਨੈਕਸਟ ਦਿੱਤੇ ਗਏ ਚਾਰ ਵਿਕਲਪ ਵਿੱਚ ਕਿਹੜਾ ਵਿਕਲਪ ਹਫ਼ਤਾ ਦਿਨ ਸਾਲ ਵਿਚਕਾਰ ਸੰਬੰਧ ਨੂੰ ਦਰਸਾਉਂਦਾ ਹੈ ਕਿਹੜਾ ਦਰਸਾਉਂਦਾ ਵੀ ਠੀਕ ਹੈ ਹਫ਼ਤਾ ਸਾਲ ਦਿਨ ਹੈ ਨਾ ਇਹਨਾਂ ਨੂੰ ਦਰਸਾਉਂਦਾ ਪਹਿਲਾਂ ਸਾਲ ਆਉਂਦੇ ਨੇ ਠੀਕ ਹੈ ਸਾਲ ਦੇ ਵਿੱਚ ਕੀ ਆਉਂਦੇ ਨੇ ਵੀ ਹਫ਼ਤੇ ਹਫ਼ਤੇ ਦੇ ਵਿੱਚ ਕੀ ਆਉਂਦੇ ਨੇ ਦਿਨ ਇਹ ਦਰਸਾਉਂਦਾ ਕਿਹੜੀ ਆਪਸ਼ਨ ਹੈ ਇਹ ਪਹਿਲੀ ਏ ਆਪਸ਼ਨ ਆਪਸ਼ਨ ਏ ਠੀਕ ਹੈ ਦਿੱਤੇ ਗਏ ਚਾਰ ਵਿਕਲਪ ਵਿੱਚ ਕਿਹੜਾ ਵਿਕਲਪ ਰੰਗ ਲਾਲ ਨੀਲਾ ਵਿਚਕਾਰ ਸੰਬੰਧ ਨੂੰ ਦਰਸਾਉਂਦਾ ਇਹ ਵੀ ਸੌਖਾ ਹੈ ਇੱਕ ਆਪਾਂ ਰੰਗ ਲੈ ਲਿਆ ਰੰਗ ਦੇ ਵਿੱਚ ਲਾਲ ਅਤੇ ਨੀਲਾ ਦੋਨੇ ਆ ਜਾਣਗੇ ਕਿਹੜੀ ਆਪਸ਼ਨ ਹੈ ਵੀ ਇਹ ਬੀ ਬੀ ਆਪਸ਼ਨ ਹੈ ਜਿਹੜੀ ਉਹ ਸਹੀ ਆ ਜੂਗੀ ਰੀਆ ਵੱਲ ਇਸ਼ਾਰਾ ਕਰਦੇ ਹੋਏ ਅਨਿਲ ਨੇ ਕਿਹਾ ਉਹ ਮੇਰੇ ਦਾਦਾ ਜੀ ਦੇ ਇਕਲੌਤੇ ਬੱਚੇ ਦੀ ਧੀ ਹੈ ਰੀਆ ਦਾ ਅਨਿਲ ਨਾਲ ਕਿਵੇਂ ਸੰਬੰਧ ਹੈ ਹੁਣ ਰੀਆ ਬਾਰੇ ਉਹਨੇ ਕਿਹਾ ਉਹ ਮੇਰੇ ਦਾਦਾ ਜੀ ਦੀ ਮੇਰੇ ਦਾਦਾ ਜੀ ਦੇ ਇਕਲੌਤੇ ਬੱਚੇ ਮੇਰੇ ਦਾਦਾ ਜੀ ਦਾ ਇਕਲੌਤਾ ਬੱਚਾ ਕੀ ਹੋਊਗਾ ਬੇਟਾ ਜੇ ਆਪਾਂ ਆਪਣੇ 'ਤੇ ਲਾਈਏ ਇਹਨੂੰ ਇਕਲੌਤਾ ਬੱਚਾ ਕੀ ਹੋਊਗਾ ਆਪਣਾ ਡੈਡੀ ਹੋਏਗਾ ਹੈ ਨਾ ਅਤੇ ਡੈਡੀ ਦੀ ਧੀ ਹੈ ਡੈਡੀ ਦੀ ਧੀ ਮਤਲਬ ਕਿ ਲੱਗੂ ਫਿਰ ਉਹਦੀ ਸਿਸਟਰ ਲੱਗੂਗੀ ਭੈਣ ਲੱਗੂਗੀ ਹੈ ਨਾ ਇਹ ਲਾ ਜੂਗੀ ਸਹੀ ਆਪਸ਼ਨ ਪਾਰਕ ਵਿੱਚ ਇੱਕ ਆਦਮੀ ਵੱਲ ਇਸ਼ਾਰਾ ਕਰਦੇ ਵਿਮਲ ਨੇ ਕਿਹਾ ਕਿ ਉਸਦਾ ਪੁੱਤਰ ਮੇਰੇ ਪੁੱਤਰ ਦਾ ਚਾਚਾ ਹੈ ਆਦਮੀ ਵਿਮਲ ਨਾਲ ਕਿਵੇਂ ਸੰਬੰਧ ਹੈ ਉਸਦਾ ਪੁੱਤਰ ਮੇਰੇ ਪੁੱਤਰ ਦਾ ਚਾਚਾ ਹੈ ਮਤਲਬ ਜੇ ਉਹ ਆਪਣੇ ਮਤਲਬ ਜੇ ਉਸਦੇ ਪੁੱਤਰ ਜਿਸਦੇ ਪੁੱਤਰ ਦੀ ਗੱਲ ਕਰ ਰਹੇ ਆ ਜੇ ਉਹਦਾ ਪਿਤਾ ਹੋਵੇ ਉਹ ਠੀਕ ਹੈ ਜਿਸਦੇ ਪੁੱਤਰ ਦੀ ਗੱਲ ਕਰ ਰਹੇ ਆ ਉਹਦਾ ਪਿਤਾ ਹੋਏ ਤਾਂ ਫਿਰ ਇਹ ਸਹੀ ਸੈੱਟ ਬੈਠਦਾ ਠੀਕ ਹੈ ਆਦਮੀ ਦਾ ਵਿਮਲ ਨਾਲ ਕੀ ਸੰਬੰਧ ਆਏਗਾ ਪਿਤਾ ਫਿਰ ਇਹ ਸਟੇਟਮੈਂਟ ਹੈ ਜਿਹੜੀ ਉਹਨਾਂ ਦੀ ਸਹੀ ਬੈਠਦੀ ਹੈ ਠੀਕ ਹੈ ਇੱਕ ਪਾਸੇ ਤਾਂ ਉਹ ਦਾਦੇ ਦਾ ਜਿਹੜਾ ਪੁੱਤਰ ਹੋਏਗਾ ਉਹ ਦੂਸਰੇ ਪੁੱਤਰ ਦੇ ਪੁੱਤਰ ਦਾ ਚਾਚਾ ਹੋਏਗਾ ਠੀਕ ਹੈ ਮਤਲਬ ਇਹਦੇ ਲਈ ਸਹੀ ਆਪਸ਼ਨ ਕੀ ਆ ਜਾਏਗੀ ਫਾਦਰ ਪਿਤਾ ਅੱਗੇ ਵੀ ਇਹਨਾਂ ਪ੍ਰਸ਼ਨਾਂ ਦੇ ਜਵਾਬ ਦੇਣ ਲਈ ਹੇਠ ਲਿਖੀ ਜਾਣਕਾਰੀ ਨੂੰ ਧਿਆਨ ਨਾਲ ਅਧਿਐਨ ਕਰੋ ਅੱਠ ਦੋਸਤ ਜੇ ਕੇ ਐੱਲ ਐੱਮ ਐੱਨ ਓ ਪੀ
केंद्र वाल मूँह करके एक चक्कर के दुआले बैठे हैं जे एन का गुआढ़ी नहीं है एल के दे ये आप बनाने बेटा ठीक है चलो इनू ध्यान नाल देख लो ठीक है इधर केंद्र वाल मूँह करके बैठे हुए ने ठीक है आप अठ अठ निशानियाँ पहले ही ला लेनी है चार पाँच छे सत्त अठ ठीक है चलो शुरू कर दें आपको बेटा इन बहुत ध्यान नाल तुसी बनाउणा क्योंकि ये लगभग आप पहले वाली वीडियो दे विच भी कीता है जां इहदे बेस ते तुहानू क्वेश्चन है जिहड़ा वह आउंदा भी है ठीक है ये तुसी एक बार बना लिया इहदे संबंध तुहाडे दो क्वेश्चन हो जाने हैं ठीक है तैनू ध्यान नाल देख लेना आप स्टेटमेंट पढ़ते हैं केंद्र वाल मूँह करके बैठे जे एन का गुआढ़ी नहीं है इतों अपन कोई स्टेटमेंट नहीं निकलती इनू बाद देखा ये देखो एल के दे सज्जे पासे तो तीसरे नंबर पर है मतलब अपन पहला के दर्शाना पेगा फिर बाद दे विच आपां एल दर्शावांगे जे आपां के नूं इत्थे लै लईए तां जिहड़ा एल है इस दे सज्जे तो तीसरे नंबर पर इहदा सज्जा इधरले पासे बनूगा इस तो तीसरे नंबर पर है पहला दूसरा तीसरा मतलब इत्थे की है भी एल है ठीक है पहली स्टेटमेंट आपां नूं इह कहिंदी है क्यू एन दे खब्बे तो दूसरा है जो एल दे सज्जे पासे है क्यू है जो एन दे खब्बे तो दूसरा है क्यू है जिहड़ा वो एन दे खब्बे तो दूसरा है जो एल दे सज्जे पासे है जिहड़ा एन आ ना बेटा एन की गल कर रहे ने एन आ जिहड़ा वो एल दे सज्जे पासे है एल का सज्जा पासा इधरला एन का सज्जा पासा इधरला होगा तो एन की है इत्थे है ठीक है हुण आपां क्यू की गल करिए क्यू एन दे खब्बे तो दूजा है आ स्टेटमेंट नूं देखो क्यू एन दे खब्बे तो दूसरा है ठीक है हुण एन का जिहड़ा खब्बा पासा है वह एल वाले पासे आऊगा इधर ठीक है बैकवर्ड ठीक है इधरले पासे जिहड़ी क्लॉकवाइज डायरेक्शन है इस ये खब्बे पासे नूं रीप्रजेंट करती है ठीक है किसी अक्खर की क्लॉकवाइज तो एल वाले पासे दूसरा जिहड़ा वह की आएगा भी इत्थे क्यू आऊगा ठीक है क्यू एन दे खब्बे तो दूजा एन का खब्बा खब्बा एल वाले पासे दूसरा इत्थे क्यू आ जाएगा जिथे मैं लिखता ठीक है उस तो अगे ओ एन जा के दा गुआंडी नहीं है ओ आ जिहड़ा वह ना तो एन का गुआंडी है मतलब इत्थे भी नहीं आता वह जिथे इत्थे भी नहीं आता ना एन ते के दे आवे मतलब वह इत्थे आऊगा ठीक है एन ते के दा गुआंडी नहीं है ना तो वह के दे आले दुआले आवे ना एन दे आले दुआले आवे ठीक है अगे लास्ट भी आते पी दे खब्बे पासे है ठीक है पी दे खब्बे पासे हुण जे आपां पी नूं इत्थे लिखीए तां इधरले पासे पी दा किहड़ा बण जूगी सज्जा पर आपां नूं किहड़े पासे चाहिए उह खब्बे पासे तां पी आ जिहड़ा इत्थे आऊगा पी दे खब्बे पासे की आ गया ओ हुण देख लो भी किहड़े किहड़े अपने बच गए एक आपां ने इहनूं शुरू दे विच लाइन दित्ती सी भी जे आ जिहड़ा उह एन दा गुआंढी नहीं है तां जे इत्थे तां आउंदा नहीं क्योंकि उह एन दा गुआंढी नहीं है तां फिर जे किथे आऊगा इत्थे ठीक है जिहड़ा बाकी बच गया एम बच गया उहनूं इत्थे लिख दांगे आपां सारे लिखे गए अपने हुण अपने प्रश्नां दे उत्तर मिल जाणगे ठीक है जिमें जिमें आपां नूं स्टेटमेंट कह रही है उमें उमें आपां इह बनाया है ठीक है बेटा चलो हू इज़ सिटिंग बिटवीन एल एंड एम एल अते एम दे विचकार कौन बैठा है हुण तुसीं देख सकदे हो एल अते एम दे विचकार कौन बैठा भी आ सीगा एल आ सीगा एम कौन बैठा एल अते एम दे विचकार एन तां जिहड़ा 12वां क्वेश्चन आ उहदे लई सही उत्तर की आऊगा एन आऊगा ठीक है एल अते एम दे विचकार कौन बैठा है एन बैठा है नैक्सट आ जिहड़ा 13वां क्वेश्चन आ उहदे विच देखो बेटा इडलिगम चों किहड़ा व्यक्ति उहदे गुआंढियां नूं दर्शाउंदा है उहदे गुआंढी देख लो इह मैं मिटाऊंगा बाद दे विच किहड़े किहड़े ने उहदे गुआंढी भी जिहड़े उहदे आले दुआले ने किहड़े किहड़े ने एम अते पी ठीक है बेटा इहदा स्क्रीनशॉट लै लो भावें तुसीं उहदे गुआंढी किहड़े ने एम अते पी ठीक है तां इहदे विच एम अते पी आऊगा सही ऑप्शन लास्ट ਉਹਦੇ ਗੁਆਂਢੀ ਨੇ ਐੱਮ ਅਤੇ ਪੀ ਅੱਗੇ ਤੁਸੀਂ ਬਾਅਦ ਦੇ ਵਿੱਚ ਦੇਖ ਲੈਣਾ ਹੂ ਇਜ਼ ਦਾ ਇਮੀਡੀਏਟ ਰਾਈਟ ਆਫ ਕੇ ਕੇ ਦੇ ਸੱਜੇ ਪਾਸੇ ਕੌਣ ਬੈਠਾ ਹੈ ਕੇ ਦੇ ਸੱਜੇ ਪਾਸੇ ਬੇਟਾ ਉਹ ਡਾਇਗਰਾਮ ਜਿਹੜੀ ਆਪਾਂ ਮੰਡੇ ਤੀ ਉਹਦੇ ਵਿੱਚ ਬੈਠਾ ਸੀ ਕੌਣ ਸੀ ਉਹ ਕੇ ਦੇ ਸੱਜੇ ਪਾਸੇ ਹਾਂ ਸੋਰੀ ਉਹ ਤਾਂ ਖੱਬੇ ਪਾਸੇ ਜੇ ਆਪਾਂ ਦੱਸਣਾ ਵੀ ਸੱਜੇ ਪਾਸੇ ਕੌਣ ਬੈਠਾ ਸੀ ਦੁਬਾਰਾ ਬਣਾ ਦਿੰਦਾ ਮੈਂ ਤੁਹਾਨੂੰ ਪਤਾ ਲੱਗ ਜਾਏਗਾ ਠੀਕ ਹੈ ਸਾਰੇ ਮੈਂ ਲਿਖ ਰਿਹਾ ਇੱਥੇ ਐੱਨ ਸੀਗਾ ਇੱਥੇ ਐੱਲ ਇੱਥੇ ਕਿਊ ਇੱਥੇ ਜੇ ਸੀ
के ते इत्थे पी इत्थे ओ सीगा ते इत्थे एम सी। हुण देखो के दे सज्जे पासे कौन बैठा है, तो के दा सज्जा पासा केड़ा, इधरला इधर खब्बा, इधर सज्जा, इधरले पासे सज्जा पासा है। के दे सज्जे पासे कौन बैठा फिर? जे बैठा है। ठीक है, पहली ऑप्शन सही आ जाऊगी, जे। नेक्स्ट है, अरेंज द वर्ड्स इन गिवन बिलो इन मीनिंगफुल सीक्वेंस दे विच दर्शाओ, सही तरतीब दे विच दर्शाओ देश, पिंड, शहर, जिला, राज। तो सब तो पहला की आता, जो आप पिंड तो शुरू करा ना, सब तो पहला पिंड आ जाएगा, मतलब दूसरे नंबर वाला। उस तो बाद की आते हैं भी शहर, मतलब तीसरे नंबर वाला। उस बाद की आता, शहर तो बाद की आता भी जिला। जिले तो बाद आप कि गल करते हैं बेटा, स्टेट की, मतलब राज। राज कि आ जाता है देश के, मतलब आह सीक्वेंस बनती है। सब तो पहला पिंड आता, फिर शहर, फिर जिला, फिर राज, फिर देश। दो तीन चार पाँच एक, पहली ऑप्शन है जी वो सही आऊगी। ठीक है, दो तीन चार पाँच एक। ठीक है बेटा, ये सीगा तुहाडा मैट वाला पोर्ट पार्ट। हुण आपां करदे हां सैट वाला पोर्शन। देखो बेटा, ये अपना सैट वाला पोर्शन, अगे आपां शुरू करदे हां। पहला मैथ दे क्वेश्चन ने, उन्हां सारियां प्रकृतिक संख्यावां दा जोड़ पता करो जो 500 तों घट होण ते 7 नाल भाग जाऊ। हुण ये अंक गणितक लड़ियां दे विच्चों आपां नूं क्वेश्चन आया, जिहड़ा अपने सिलेबस दे विच वी है 10वीं च। अगे ये तुहानूं कराया भी जाऊगा तुहाडे अध्यापक साहिबान वल्लों। पहला आपां अंक गणितक लड़ी बनावांगे। 7 दे गुण जो होणगे ये बन जूगी अपनी अंक गणितक लड़ी। ठीक है, भी 500 तों घट होना, लास्ट आ जिहड़ा बनूगा वह बनूगा 497, जिहड़ा 7 नाल वंडिया जाऊगा। ठीक है, 500 तों घट तो अपने को ए आ जिहड़ा वह 7 बन जाता है, डी भी अपने को 7 बन जाता है, तो ए एन जिहड़ा लास्ट वाला पता वह अपने को कितना बन जाता बेटा, 497। पहला तो ये वैसे तो अपन कढ़न की लोड़ नहीं है, एन की गिनती है जी 71 आ जी, क्योंकि इनू डिवाइड करके अपने को एन निकल जूगा। ठीक है, बाकी तुम वो फार्मूला ला के कढ़ भी सकते हो, एन आ जिहड़ा अपने को फार्मूला ला के बेटा, ए एन बराबर ए प्लस एन माइनस एक डी। उतों ए ते डी अपन दिते हुए, ए एन अपन 497 दिता, उतों आप एन कढ़ सकते हैं, एन अपने को कितनी आ जाएगी 71 आ जाएगी। ठीक है, एन आ जी अपने को कितनी आ जाएगी 71। तो सम वाला फार्मूला लावांगे आप, जोड़ फल वाला। उस बाद एन बटा दो ए प्लस एल या ए एन। ठीक है, एल आ जी लास्ट टर्म कि लास्ट टर्म अपने को 497, ए अपने को कि बटा 7, एन आप हमने क्ढ़ी है 71। तो ये आप भर देंगे 71/2 ए ते एल का जोड़, मतलब 497 ते 7 का जोड़ कि हो जूगी 504 हो जूगा। इन का जोड़ 504 आप दो भाग कर देंगे, अपने को जूगा बेटा 252। 252 आप 71 ना गुणा करनी है। ठीक है, 252 आप 71 ना गुणा करनी है, तो अपने को बन जू 17,892। ठीक है, तो इन्ना आंसर अपने को आ जूगा 17,892। ये बेटा ए पी के पढ़ोंगे। ठीक है, वो आऊगा ये फार्मूला, एस एन इज इक्वल टू एन बाई टू ए प्लस एल। ए मतलब फस्ट टर्म पहला पद कि, लास्ट टर्म मतलब एल 497 से, 71/2 एन अपने को कितनियां संख्यावां आ गई सी इस अंक गणित लड़ी के, एन 71 आ गई सी, तो 71/2 ए प्लस एल मतलब 504, 504 दो से भाग करके 252 आ जाएगा, 252 71 गुणा कर देंगे 17,892 अपने को सही ऑप्शन आ जाऊगी। ठीक है, दूजी देखो बेटा, ये अपना 17वां, बिंदु 01 ते बिंदुआ 5, 7, 1, 3 के मध्य बिंदु विचकार दूरी होगी। पहला आप मध्य बिंदु कढ लें कि 5, 7, 1, 3 का, 5, 7, 1, 3 का मध्य बिंदु, इन दोवों का जोड़ करके दोनों भाग कर देंगे, 5, 6, 6 में दोनों भाग की 3 बन जू, 7, 3, 10, 10 में दोनों भाग की 5। हुण आपां दूरी पता करनी है 0, 1 बिंदु ते इन्हां दा मध्य बिंदु मतलब 3, 5 विचकार। देखो मैं इत्थे लिख रहा 0, 1 अते 3, 5 विचकार आपां दूरी पता करनी। आपां दूरी सूत्र लगावांगे, अपने कोल फार्मूला बेटा निर्देश अंक 34 10वीं च भी है तुहाडे कोल, मतलब x2 - x1² + y2 - y1² ये अपना फार्मूला है, x2 - x1² + y2 - y1² ठीक है, ये बन गया x1 y1 x2 y2 एवें बन गया। ठीक है, चलो
मतलब तीन चो जीरो घटानी है तीन स्केयर प्लस पाँच दे आप एक घटा मतलब चार स्केयर पाँच दिवस घटा के चार बन जू ना तीन दस स्केयर करेंगे नौ बन जू चार दस स्केयर करेंगे सोलह बन जू नौ तो सोलह किन्ने हो जाएंगे भी पच्ची पच्ची तो आप वर्गमूल कर देंगे पाँच तो इन विचकार दूरी किनी होएगी पाँच इकाइया ठीक है तीजी ऑप्शन पाँच वैल्यू ऑफ कॉट टेन कॉट ट्वेंटी कॉट सिक्सटी कॉट सैवनटी कॉट एटी का मुल है देखो बेटा ये अपने को फार्मूला लगना कॉट नाइनटी माइनस थीटा इज इक्वल टू टैन थीटा होंगे ये आप त्रिकोण मिति जी अपनी वो पढ़ा कॉट नब्बे माइनस थीटा बराबर टैन थीटा होंगे ठीक है चलो तो आप आ दो बदल देंगे क्योंकि कॉट आ जोड़ा वो टैन का उल्ट भी होंगे कॉट थीटा ये भी नोट कर लो बेटा कॉट थीटा बराबर होंगे एक बटा टैन थीटा मतलब ये एक दूजे के उल्ट होंगे ने कॉट आ जोड़ा वो टैन का उल्ट होंगे ठीक है चलो हुण कॉट दस डिग्री आप लिख सकते हैं नब्बे माइनस थीटा मतलब टैन टैन बन जूगा ये टैन अस्सी कॉट भी आप लिख सकते हैं टैन सत्तर नब्बे चो घटा के जो आप नब्बे चो घटा के लिखा इनू तो यह टैन बन जू कॉट सठ आप नहीं लिखा इनू अं रख लो बाकी है जोड़े की बन जू भी कॉट सत्तर कॉट अस्सी कॉट सत्तर कॉट अस्सी टैन सत्तर टैन अस्सी ना कट्टे जाएंगे क्योंकि एक दूजे के की ने उल्ट मतलब अपने को बचा बेटा कॉट साठ डिग्री ठीक है कॉट साठ डिग्री का मुल आपको पता है भी टेबल दे विच कितना होंगे कॉट साठ डिग्री का मुल टैन का मुल टैन के उल्ट होंगे ये टैन का साठ डिग्री के मुल होंगे वर्गमूल तीन तो कॉट साठ डिग्री कितना होगा एक बटा वर्गमूल तीन होगा ठीक है तो ये सही ऑप्शन आजूगी एक बटा वर्गमूल तीन ए वाली ऑप्शन ठीक है जी नैक्सट किसी त्रिपुज की मध्यका इसनू दो डैश विच बनती है किस विच बनती है बराबर खेत्रफल वाली त्रिपुजा किसी ठोस के किन्ने पसार होंगे किन्ने होंगे बेटा ठोस के पसार तीन होंगे लंबाई चौड़ाई ऊंचाई साइंस के अगे क्वेश्चन ने रजिस्टिविटी डज नॉट चेंज इफ प्रतिरोधकता नहीं बदलेगी किस ना प्रतिरोधकता नहीं बदलेगी भी पदार्थ बदला जाता है तापमान बदला जाता है रोधक का आकार बदला जाता है पदार्थ का तापमान दोनों बदला जाता है किस नाल नहीं बदलेगी बेटा रोधक का आकार जे शेप चेंज कर दोगे रजिस्टर की उस ना प्रतिरोधकता जी वह नहीं बदलेगी ठीक है एट द टाइम ऑफ शॉर्ट सर्कट द करंट इन द सर्कट शॉर्ट सर्कट समय सर्कट में बिजली धारा इनक्रीजस हैवीली बहुत ज़्यादा बढ़ जाती है हडलिका में कि रोग प्रोटोजा ट्रिपैनसोमा कारण होंगे है स्लीपिंग सिकनेस नींद की बीमारी ठीक है ओजोन का अणवी सूत्र है कि बेटा ओ थ्री इथाइन का अणवी पुंज है नैक्सट क्वेश्चन हाँ जी की है बेटा मिथाइन का अणवी पुंज पहला सूत्र होंगे कि हमारा भी सी एच तीन बॉन्ड इथाइन हो गया कार्बन दो ने एक कार्बन का बारह होंगे दो का किन्ना हो जाएगा चौबी दो हाइड्रोजन ने एक का एक होंगे दो का किन्ना हो जाए दो अबाउट छब्बी जू है जोड़ा वह हो जाएगा फर्स्ट ऑप्शन नैक्सट अपने को एस एस टी के क्वेश्चन ने गलत मिलाने की पहचान करनी है नागालैंड एक सौ उन्नी जनसंख्या घनता बिहार की चार सौ पाँह अरुणाचल प्रदेश सतारह पंजाब की पाँच सौ पाँह तो कि बेटा गलत मैचिंग हुई है बिहार चार सौ पाँह क्योंकि नीयर अबाउट ग्यारह सौ के करीब यदि जनसंख्या घनता है नैक्सट फसल की पछाण करो तीसरी महत्वपूर्ण खाद फसल है वध वर्खा वाली फसल नमी वाले खेतर की फसल महाराष्ट्र सब तो वड्डा उत्पादक कौन है भी जवार भारतीय नागरिकों को कितने मौलिक अधिकार प्राप्त हैं कितने प्राप्त हैं बेटा छे राजस्थान दी खेतरी खाना डैश लई प्रसिद्ध हैं किस लई प्रसिद्ध हैं भी कॉपर तांबे लई 2020 विच भारत दी कितनी किरत शक्ति खेतीबाड़ी विच काम करती सी कितनी करती सी भी 44% ठीक है ये सीगा तुहाडा बेटा सैट पार्ट उम्मीद है तुहाडे क्वेश्चन जिहड़े सही होणगे थैंक यू।